ਕਦੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਕਬੱਡੀ ਦੇ ਵਿੱਚ ਆ ਚੀਜ਼ ਕਰੂੰਗਾ। ਇਸ ਚੀਜ਼ ਬਾਰੇ ਚ ਕੋਚ ਸਾਹਿਬ ਕੀ ਸੋਚਦੇ, ਉਹਨਾਂ ਦੇ ਦਿਮਾਗ ਚ ਕੀ ਚੀਜ਼ ਉਹ ਇਸ ਤੁਹਾਨੂੰ ਲੈ ਕੇ ਉਹਨਾਂ ਨੂੰ ਉਹ ਖੁਸ਼। ਉਸਤਾਦ ਨੇ ਮੈਨੂੰ ਹੱਥ ਮਾਰਿਆ ਤੇ ਦੁੱਲੇ, ਤੇ ਮੈਂ ਜਦੋਂ ਉਸਤਾਦ ਨੂੰ ਦੇਖਿਆ ਤੇ ਮੈਂ ਉਸਤਾਦ ਨੂੰ, ਮੈਂ ਕਿਹਾ ਉਸਤਾਦ ਆ ਜਾ ਥੱਲੇ ਤੇ ਅੱਜ ਆਪਾਂ ਚੱਲਦੇ ਹਾਂ ਨਾ। ਸਿਕਿਉਰਟੀ ਵਾਲਾ ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ ਜਾ ਸਕਦਾ। ਮੈਂ ਉਸਤਾਦ ਨੂੰ ਆਪਣੀ ਜੈਕਟ ਲਾਈ, ਇੰਡੀਆ ਟੀਮ ਦਾ ਟਰੈਕ ਸੂਟ ਸੀ, ਮੈਂ ਲਾ ਗਿਆ। ਮੈਂ ਕਿਹਾ ਹੁਣ ਠੀਕ ਆ। ਮੈਂ ਅੱਜ ਤਕੜਾ ਹੋ ਗਿਆ ਵਾ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਆ। ਮੇਰੇ ਸੱਟ ਲੱਗ ਗਈ, ਮੈਨੂੰ ਪਲੇਅਰਾਂ ਨੇ ਪੁੱਛਿਆ ਨਹੀਂ, ਹੈ ਨਾ। ਪਰ ਜੇ ਉਸਤਾਦ ਮੇਰਾ ਨਾਂ ਹੁੰਦਾ ਸ਼ਾਇਦ ਮੈਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ 365 'ਤੇ। ਅਤੇ ਕਬੱਡੀ ਜਗਤ ਦੇ ਵਿੱਚ ਬਹੁਤ ਸਾਰੇ ਖਿਡਾਰੀਆਂ ਨਾਲ, ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਇਸ ਸਮੇਂ ਮੇਰੇ ਨਾਲ ਦੁੱਲਾ ਬੱਗਾ ਪਿੰਡ ਨੇ। ਦੁੱਲੇ, ਸਭ ਤੋਂ ਪਹਿਲਾਂ ਤਾਂ ਉਸਤਾਦ ਜੀ ਜਿਹੜੇ ਹੈਗੇ ਪਿਛਲੇ ਦਿਨੀ ਚਲੇ ਗਏ ਨੇ, ਉਹਨਾਂ ਦੇ ਜਾਣ ਦਾ ਕੀ ਸੋਚਦੇ ਹੋ, ਕਿੰਨਾ ਘਾਟਾ ਲੱਗਦਾ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ? ਪਹਿਲਾਂ ਤਾਂ ਭਾਅ ਜੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ, ਪਿਆਰ ਭਰੀ ਸਾਨੂੰ ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਭਾਅ ਜੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਹੀ ਸਾਰਾ ਕੁਛ ਜੀ, ਕਿ ਟ੍ਰੇਨਿੰਗ ਕਰਨੀ, ਨਾਲ ਰਹਿਣਾ, ਜਦੋਂ ਬਾਹਰੋਂ ਆਉਣਾ 2-3 ਮਹੀਨੇ ਦੇ, ਅਤੇ ਉਹਨਾਂ ਨੇ ਨਾਲ ਹੀ ਸਾਡੇ ਨਾਲ ਰਹਿਣਾ, ਫੈਮਲੀ ਵਾਂਗੂ ਇੱਕ ਦੂਜੇ ਨਾਲ, ਫੈਮਲੀ ਨੂੰ ਟੇਕ ਕੇਅਰ ਕਰਨਾ, ਮੇਰੀ ਫੈਮਲੀ ਨੂੰ, ਉਹਨਾਂ ਨੇ ਆਪਣੀ ਫੈਮਲੀ ਨੂੰ, ਕਿ ਬਹੁਤ ਜ਼ਿਆਦਾ ਸਾਨੂੰ ਲੱਗਦਾ ਪਹਿਲਾਂ ਤਾਂ ਨਾਲ ਹੁੰਦੇ ਸੀ, ਹੈ ਨਾ। ਅਤੇ ਪਰ ਉਹਨਾਂ ਦਾ ਕਿ ਮਤਲਬ ਸਾਡੇ ਨਾਲ ਨਹੀਂ, ਸਾਨੂੰ ਹੁਣ ਫੀਲ ਹੁੰਦਾ ਕਿ ਬੰਦੇ ਦੇ ਨਾਲ ਰਹਿਣ ਦੇ ਨਾਲ ਬੰਦੇ ਦਾ ਕਿੰਨਾ ਸਹਾਰਾ, ਬੰਦੇ ਨੂੰ ਕਿੰਨੀ ਸਪੋਰਟ ਹੁੰਦੀ ਆ, ਕਿ ਬੰਦੇ ਦੇ ਕਿੰਨੇ ਫਾਇਦੇ ਹੁੰਦੇ ਆ, ਬੰਦੇ ਦੇ ਨਾਲ ਰਹਿਣ ਦੇ ਨਾਲ ਮਾੜੀਆਂ ਚੀਜ਼ਾਂ ਤੋਂ ਬਚਾਉਣਾ, ਵਧੀਆ ਗੱਲ ਕਰਨੀ, ਘਰੇਲੂ ਗੱਲ ਕਰਨੀ, ਫੈਮਲੀ ਦੇ ਵਿੱਚ ਵਿਚਰਨਾ, ਕਿ ਸਾਰਾ ਕੁਛ ਉਹਨਾਂ ਦੀ ਬਦੌਲਤ ਆ। ਜੇ ਮੈਂ ਅੱਜ ਕਬੱਡੀ ਦੇ ਵਿੱਚ ਆ, ਉਹਨਾਂ ਦੇ ਕਰਕੇ ਆ। ਜੇ ਉਹ ਮੇਰੇ ਨਾਲ ਨਾ ਮੈਨੂੰ ਸਪੋਰਟ ਕਰਦੇ, ਮੈਨੂੰ ਮਾੜੀਆਂ ਚੀਜ਼ਾਂ ਤੋਂ ਨਾ ਬਚਾਉਂਦੇ, ਤਾਂ ਅੱਜ ਸ਼ਾਇਦ ਮੈਂ ਕਬੱਡੀ ਨਾ ਖੇਡਦਾ ਹੁੰਦਾ, ਹੈ ਨਾ। ਅੱਜ ਜੋ ਵੀ ਆ, ਮੈਂ ਉਹਨਾਂ ਦੀ ਬਦੌਲਤ ਆ। ਅਤੇ ਉਹਨਾਂ ਜ਼ਿੰਦਗੀ ਵਿੱਚ 10 ਸਾਲ ਮੈਨੂੰ ਆਪਣੇ ਉਹਨਾਂ ਨੇ ਕਬੱਡੀ ਦੇ ਦਿੱਤੇ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਸਵੇਰ ਨੂੰ ਆਉਣਾ, ਰੂਟੀਨ ਹੁੰਦੀ ਸਾਡੀ, ਸ਼ਾਮ ਨੂੰ ਨਾ ਰਹਿਣਾ। ਕਿ ਹੁਣ ਤਾਂ ਚਲੋ ਕਿ ਮੈਂ 4-5 ਸਾਲ ਹੋਏ ਆ, ਚਲੋ ਅਮੈਰੀਕਾ ਦੇ ਵਿੱਚ ਰਹਿਣ ਲੱਗ ਗਿਆ, ਪਰ ਫੇਰ ਵੀ ਜਦੋਂ ਅਸੀਂ ਆਉਣਾ ਵਾ, ਸਾਨੂੰ ਇੰਨੀ ਐਕਸਾਈਟਮੈਂਟ ਹੁੰਦੀ ਸੀ ਕਿ ਅਸੀਂ ਉਸਤਾਦ ਕੋਲ ਜਾਣਾ, ਇੱਕ ਦੂਜੇ ਨੂੰ ਅਸੀਂ ਦੇਖਣਾ ਵਾ, ਕਿ ਮਤਲਬ ਦੇਖ ਕੇ ਸਾਨੂੰ ਇੱਦਾਂ ਲੱਗਦਾ ਕਿ ਯਾਰ, ਕਿ ਵਾਕਈ ਜਿਹੜੀ ਚੀਜ਼ ਸਾਡੇ ਲਈ ਬਣੀ ਆ, ਕਿ ਉਹ ਸਾਡਾ ਉਸਤਾਦ ਆ, ਕਿ ਉਹਨੇ ਸਾਨੂੰ ਇੰਨੀ ਦੁਨੀਆ ਦਿਖਾਈ ਆ, ਕਬੱਡੀ ਸਾਨੂੰ ਇੰਨੇ ਪਿਆਰ ਕਰਦੇ ਆ, ਕਿ ਜੋ ਵੀ ਉਹ ਪਿਆਰ ਆ, ਬਸ ਸਾਡੇ ਉਸਤਾਦ ਦੀ ਬਦੌਲਤ ਆ। ਜੋ ਵੀ ਮੈਂ ਕਬੱਡੀ ਖੇਡਦਾ, ਜੋ ਕਬੱਡੀ ਕਰਦਾ ਪਿਆ ਵਾ ਨਾ, ਉਹ ਸਭ ਕੁਝ ਉਸਤਾਦ ਜੀ ਦੀ ਬਦੌਲਤ ਆ ਭਾਜੀ। ਦੁੱਲੇ, ਪਰਮਜੀਤ ਪੰਮਾ ਗਾਂਦਰਾ, ਇਹ ਤੁਹਾਡੇ ਕੋਚ ਜਿਹੜੇ ਨੇ, ਇਹ ਕਦੋਂ ਤੋਂ ਬਣ ਗਏ, ਉਹਨਾਂ ਨੇ ਕਦੋਂ ਤੋਂ ਮਤਲਬ ਤੁਹਾਡੇ ਨਾਲ ਜੁੜੇ ਨੇ, ਅਤੇ ਕਬੱਡੀ ਦੇ ਕਿਹੜੀਆਂ ਚੀਜ਼ਾਂ ਜਿਹਨਾਂ ਨੂੰ ਤੁਸੀਂ ਮੰਨਦੇ ਹੋ ਵੀ ਹਾਂ ਉਹਨਾਂ ਨੇ ਤੁਹਾਨੂੰ ਸਿਖਾਈਆਂ, ਜਾਂ ਉਹਨਾਂ ਦੇ ਕਰਕੇ ਕਬੱਡੀ ਦੇ ਵਿੱਚ ਜਿਹੜੀਆਂ ਚੀਜ਼ਾਂ ਰਹੀਆਂ, ਉਹ ਕਿਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਦੱਸੀਆਂ, ਅਤੇ ਕਦੋਂ ਤੋਂ ਉਹ ਤੁਹਾਡੇ ਨਾਲ ਜੁੜੇ ਹੋਏ ਨੇ? ਮੇਰੇ ਨਾਲ ਭਾਅ ਜੀ ਉਹ ਜਦੋਂ ਬੱਗਿਆਂ ਦੇ ਵਿੱਚ ਕੈਂਪ ਲਾਇਆ ਸੀ, ਇੱਕ ਵਾਰੀ ਮੰਗੀ ਉਸਤਾਦ ਉਹਨਾਂ ਨੇ, ਉਦੋਂ ਅਸੀਂ ਉੱਥੇ ਉਸਤਾਦ ਜੀ ਕੈਂਪ ਲਾਉਣ ਆਉਂਦੇ ਹੁੰਦੇ, ਪਰ ਉਦੋਂ ਜ਼ਿਆਦਾ ਇੱਕ ਦੂਜੇ ਦੇ ਅਸੀਂ ਕਲੋਜ਼ ਨਹੀਂ ਸੀ। ਪਰ ਜਦੋਂ ਆਏ ਆ ਉੱਥੇ ਟ੍ਰੇਨਿੰਗ ਕਰਾਉਣੇ, ਕੁਛ ਕੁ ਗੱਲਾਂ ਹੋਈਆਂ, ਇੱਕ ਦੋ ਮੁੰਡੇ ਪੈਣ ਦੇ ਉਸਤਾਦ ਜੀ ਨਾਲ ਬਹਿਸ ਕਰਨ ਲੱਗ ਗਏ, ਉਸਤਾਦ ਵੀ ਹਟ ਗਿਆ ਜੀ। ਉਦੋਂ ਬਾਅਦ ਸਾਡਾ ਰਿਲੇਸ਼ਨ ਇੱਕ ਦੂਜੇ ਨਾਲ ਇੱਦਾਂ ਬਣ ਗਿਆ ਸੀ ਕਿ ਮੇਰੇ ਪਿੰਡ ਦੇ ਥੋੜ੍ਹੇ ਹਾਲਾਤ ਇੱਦਾਂ ਦੇ ਸੀ ਕਿ ਮੈਂ ਪਿੰਡ ਛੱਡ ਕੇ ਆਪਣਾ ਸਰੀਰ ਰਹਿਣ ਲੱਗ ਗਿਆ ਬੱਲੀ ਭਾਅ ਜੀ ਉਹਨਾਂ ਕੋਲ, ਅਤੇ ਉੱਥੇ ਆਪਣੀ ਰੂਟੀਨ ਆਪਦੀ ਰੱਖੀ ਆਪਣੀ, ਫਿਰ ਉਸਤਾਦ ਜੀ ਨੇ ਆਉਣਾ ਸਰੀਰ ਪ੍ਰੈਕਟਿਸ ਕਰਾਉਣੀ 2-3 ਸਾਲ ਬਾਅਦ, ਕਿ ਉਹਨਾਂ ਨੇ ਜਦੋਂ ਮੈਨੂੰ ਟ੍ਰੇਨਿੰਗ ਕਰਾਈ ਆ, ਮੈਂ ਜਦੋਂ ਪਹਿਲੇ ਸਾਲ ਇੰਗਲੈਂਡ ਖੇਡਣ ਗਿਆ, ਅਤੇ ਮੈਂ ਤਕਰੀਬਨ 2010 ਦੇ ਵਿੱਚ ਮੈਨੂੰ ਮਿਲੇ ਆ, ਜਦੋਂ ਵੀ ਉਹ ਮਿਲੇ ਆ, ਕਿ ਮੈਂ ਕਬੱਡੀ ਦੇ ਵਿੱਚ ਇਹ ਨਹੀਂ ਗਾ ਕਿ ਮੈਂ ਕੁਛ ਬਣਿਆ ਨਹੀਂ, ਹੈ ਨਾ, ਪਰ ਜੋ ਵੀ ਮੈਂ ਕਬੱਡੀ ਜੇ ਉਹਨਾਂ ਦੀ ਬਦੌਲਤ ਆ, ਅਤੇ ਪਰ ਬਹੁਤ ਵਧੀਆ ਗੱਲਾਂ ਸਿਖਾਈਆਂ ਉਹਨਾਂ ਨੇ ਅੱਜ ਵੀ ਸਾਡੀਆਂ, ਕਿ ਮਤਲਬ ਉਹਨਾਂ ਦੀਆਂ ਗੱਲਾਂ ਸਾਨੂੰ, ਕਿ ਮਤਲਬ ਦਿਮਾਗ ਦੇ ਵਿੱਚ, ਦਿਲ ਦੇ ਵਿੱਚ, ਕਿ ਸਾਡੇ ਅੱਖਾਂ ਦੇ ਮੂਹਰੇ ਹੀ ਆ, ਪਰ ਅਸੀਂ ਕਦੇ ਭੁੱਲਣਾ ਨਹੀਂ ਉਹਨਾਂ ਨੂੰ, ਕਿ ਉਹ ਗੱਲਾਂ ਅੱਜ ਵੀ ਸਾਨੂੰ, ਕਿ ਉਹ ਮਤਲਬ ਸਾਨੂੰ ਹੌਸਲਾ ਮਿਲਦਾ ਕਿ ਸਾਨੂੰ, ਕਿ ਅਸੀਂ ਟ੍ਰੇਨਿੰਗ ਕਰੀਏ, ਅਸੀਂ ਹੋਰ ਮਾੜੀਆਂ ਚੀਜ਼ਾਂ ਤੋਂ ਬਚੀਏ ਅਸੀਂ, ਹੈ ਨਾ। ਅਤੇ ਬਾਕੀ ਚਲੋ ਉਸਤਾਦ ਜੀ ਦੀ ਮੌਤ ਸੀ, ਚਲੋ ਸਾਨੂੰ ਛੱਡ ਕੇ ਜਾਣਾ ਹੀ ਉਹਨਾਂ ਨੇ, ਪਰ ਕਿ ਬਹੁਤ ਜ਼ਿਆਦੀਆਂ ਬਰੀਕੀਆਂ, ਜੇ ਮੈਂ ਹੁਣ ਲੰਬੀ ਗੱਲ ਹੋ ਜਾਣੀ ਹੈ ਨਾ, ਅਤੇ ਪਰ ਫਿਰ ਵੀ ਟ੍ਰੇਨਿੰਗ ਕਰਨਾ, ਸਵੇਰ ਨੂੰ ਉੱਠਣਾ, ਪ੍ਰੈਕਟਿਸ ਕਰਨੀ, ਖਾਣਾ ਕੀ ਆ, ਕਿ ਮਤਲਬ ਸਾਡੀ ਕੋਈ ਇੱਦਾਂ ਨਹੀਂ ਹੁੰਦਾ ਸੀ ਕਿ ਡਾਇਟ ਹੁੰਦੀ, ਜੋ ਕੁਛ ਆਇਆ ਅਸੀਂ ਖਾ ਲੈਣਾ, ਪਰ ਬਾਕੀ ਉਹ ਉਸਤਾਦ ਦੀ ਟ੍ਰੇਨਿੰਗ ਹੁੰਦੀ ਸੀ ਕਿ ਉਹਨੇ ਕਰਾਉਣੀ ਆ, ਜਿੱਦਾਂ ਮਰਜ਼ੀ ਕਰਾ ਲਵੇ, ਗੱਲਾਂ ਨਾ ਕਰਾ ਲਵੇ, ਹਾਸੇ ਨਾ ਕਰਾ ਲਵੇ, ਹੈ ਨਾ, ਘੂਰਵੇ ਕਰਾ, ਪਰ ਘੂਰਦਾ ਹੈ ਨਹੀਂ ਕਦੇ, ਗੱਲਾਂ ਸਾਨੂੰ ਮਿਹਨਤ ਕਰਾ ਦੇਣੀ ਉਹਨੇ, ਜੇ ਘਰੇ ਬੈਠੇ ਆਉਣਾ, ਵਿਹਲੇ ਬੈਠੇ ਉਹਨੇ ਕਹਿਣਾ ਇੱਟਾਂ ਕੋਲ ਡਾਂਡੀ ਮਾਰ ਲਓ, ਜੇ ਹੋਰ ਕੁਛ ਨਹੀਂ ਕਰਨਾ ਤਾਂ ਵਿਹਲੇ ਬੈਠੇ ਆ, ਰਾਤ ਨੂੰ ਲਾ ਜਾਣਾ ਕੀਰੀ, 12-1 ਵਜੇ ਰਨਿੰਗ ਕਰਨ ਚੱਲ ਜਾਣਾ, ਉੱਠੋ ਜੇ ਨਹੀਂ ਮੈਚ ਤੋਂ ਆਏ ਆ, ਜੇ ਜੱਫੇ ਲੱਗ ਗਏ ਆ, ਕਿ ਮਤਲਬ ਕਿ ਬਹੁਤ ਇੰਨੀਆਂ ਜ਼ਿਆਦੀਆਂ ਬਰੀਕੀਆਂ ਵਾਂਗੇ ਉਹਨਾਂ ਨੇ, ਕਿ ਅੱਜ ਜੋ ਵੀ ਮੈਂ
ਕਬੱਡੀ ਲਈ ਦੇਣ ਆ, ਉਹ ਮੇਰੇ ਉਸਤਾਦ ਦੀ ਮੈਨੂੰ ਦੇਣ ਆ, ਜੋ ਕੁਛ ਵੀ ਮੈਂ ਕਬੱਡੀ ਹੈਗਾ ਹਨਾ, ਤੇ ਉਹਨਾਂ ਦੀ ਬਦੌਲਤੀ ਆ, ਉਹਨਾਂ ਦੀ ਫੈਮਿਲੀ ਕਰਕੇ ਆ, ਜੋ ਕੁਛ ਵੀ ਅੱਜ ਮੈਂ ਆਪਦੀ ਉਸਤਾਦ ਦੀ ਬਦੌਲਤੀ ਅੱਜ ਮੈਂ ਬੈਠਾ ਤੁਹਾਡੇ ਕੋਲ। ਤੇ ਦੁਲੇ ਇੱਕ ਵਾਰੀ ਮੇਰੇ ਯਾਦ ਹੈ ਕਿ ਵਰਲਡ ਕੱਪ ਹੋਇਆ ਤੇ ਵਰਲਡ ਕੱਪ ਜਦੋਂ ਤੁਸੀਂ ਟਰੈਕਟਰ ਜਿੱਤੇ ਉਦੋਂ ਤੁਸੀਂ ਆਪਣੇ ਕੋਚ ਸਾਹਿਬ ਨੂੰ ਬੁਲਾ ਕੇ, ਮਤਲਬ ਪੰਮਾ ਗਾਂਧਰਾ ਜੀ ਨੂੰ ਬੁਲਾ ਕੇ ਉਹਨਾਂ ਨੂੰ ਉਹ ਚਾਬੀ ਜਿਹੜੀ ਸੀ ਫੜਾਈ, ਇਸ ਚੀਜ਼ ਬਾਰੇ 'ਚ ਕੋਚ ਸਾਹਿਬ ਕੀ ਸੋਚਦੇ, ਉਹਨਾਂ ਦੇ ਦਿਮਾਗ 'ਚ ਕੀ ਚੀਜ਼ ਉਹ ਇਸ ਤੁਹਾਨੂੰ ਲੈ ਕੇ ਉਹਨਾਂ ਨੂੰ ਉਹ ਖੁਸ਼ ਸੀ ਵੀ ਕਿ ਤੁਹਾਡੇ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਚੀਜ਼ਾਂ ਸੀ, ਜਾਂ ਕੁਛ ਚੀਜ਼ਾਂ 'ਤੇ ਉਹਨਾਂ ਨੂੰ ਅਜੇ ਇਹ ਵੀ ਲੱਗਦਾ ਸੀ ਦੁੱਲੇ ਨੇ ਮੇਰੇ ਲਈ ਆਹ ਨਹੀਂ ਕੀਤਾ, ਜਾਂ ਦੁੱਲੇ ਨੇ ਇਹ ਚੀਜ਼ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼? ਮਤਲਬ ਸਾਨੂੰ ਮਿਲਿਆ ਨੂੰ ਹਲੇ 2-3 ਸਾਲ ਹੀ ਹੋਏ ਸੀ ਹਨਾ, ਪਰ ਉਸਤਾਦ ਨੂੰ ਇੱਦਾਂ ਨਹੀਂ ਸੀ ਕਿ ਜਾਂ ਮੈਂ ਨਹੀਂ ਕਰਦੇ, ਪਰ ਮੈਨੂੰ ਹਮੇਸ਼ਾ ਮੇਰੇ ਦਿਲ ਦੇ ਵਿੱਚ ਸੀ ਹਨਾ, ਕਿ ਉਹਨਾਂ ਦਾ ਪਿਆਰ ਹੀ ਇੱਦਾਂ ਸੀ, ਉਹਨਾਂ ਨੇ ਤੇ ਹੀ ਇੱਦਾਂ ਦਾ ਕਰਨਾ, ਕਿ ਮਤਲਬ ਮੇਰਾ ਯਾਰ ਵੀ ਸੀ, ਮੇਰਾ ਪੇ ਵੀ ਸੀ, ਮੇਰਾ ਦੋਸਤ ਵੀ ਸੀ, ਮੇਰਾ ਬੈਸਟ ਫਰੈਂਡ ਵੀ ਸੀ, ਮਤਲਬ ਸਾਰਾ ਕੁਛ ਸੀ ਮੇਰੇ ਲਈ ਹਨਾ। ਪਰ ਕਬੱਡੀ ਵਿੱਚ ਇਹ ਹੁੰਦਾ ਜਦੋਂ ਪਲੇਅਰ ਤਕੜਾ ਹੋ ਜਾਂਦਾ ਆਪਣੇ ਉਸਤਾਦਾਂ ਨੂੰ ਵੀ ਛੱਡ ਦਿੰਦੇ ਕਈ, ਚਲੋ ਹੋਰ ਉਸਤਾਦ ਮਿਲ ਗਿਆ, ਨਵਾਂ ਮਿਲ ਗਿਆ, ਚਲੋ ਕਬੱਡੀ ਦੇ ਵਿੱਚ ਚੱਲਦਾ ਰਹਿੰਦੇ ਇੱਦਾਂ ਦੀਆਂ ਗੱਲਾਂ ਬਾਤਾਂ ਹਨਾ। ਅਤੇ ਪਰ ਮੈਂ ਜਦੋਂ ਵਰਲਡ ਕੱਪ ਦੇ ਵਿੱਚ ਆਇਆ, ਉਸਤਾਦ ਇੱਦਾਂ ਪੌੜੀਆਂ 'ਚ ਬੈਠਾ, ਅਤੇ ਮੈਂ ਜਦੋਂ ਦੇਖਿਆ ਨਾ, ਸਿਕਿਉਰਿਟੀ ਬੜੀ ਉੱਥੇ, ਅਤੇ ਉਸਤਾਦ ਨੇ ਮੈਨੂੰ ਹੱਥ ਮਾਰਿਆ, ਅਤੇ ਦੁੱਲੇ, ਅਤੇ ਮੈਂ ਜਦੋਂ ਉਸਤਾਦ ਨੂੰ ਦੇਖਿਆ, ਅਤੇ ਮੈਂ ਉਸਤਾਦ ਨੂੰ, ਮੈਂ ਕਿਹਾ ਉਸਤਾਦ ਆ ਜਾ ਥੱਲੇ, ਅਤੇ ਅੱਜ ਆਪਾਂ ਚੱਲਦੇ ਹਾਂ ਨਾ। ਸਿਕਿਉਰਿਟੀ ਵਾਲਾ ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ ਜਾ ਸਕਦਾ। ਮੈਂ ਉਸਤਾਦ ਨੂੰ ਆਪਣੀ ਜੈਕਟ ਲਾਈ, ਇੰਡੀਆ ਟੀਮ ਦਾ ਟਰੈਕ ਸੂਟ ਸੀ, ਮੈਂ ਲਾ ਕੇ, ਮੈਂ ਕਿਹਾ ਹੁਣ ਠੀਕ ਆ, ਅਤੇ ਉਸਤਾਦ ਮੇਰੇ ਨਾਲ ਆ ਗਿਆ, ਅਤੇ ਉਹ ਜਦੋਂ ਮੈਂ ਰੇਡਾ ਪਾਉਂਦੇ ਮੇਰੇ ਮੂਹਰੇ ਬੈਠਾ ਸੀ, ਜੋ ਉਹਨੇ ਕਬੱਡੀ ਜਿੰਨੀ ਕੁ ਮੈਨੂੰ 3 ਸਾਲਾਂ ਦੇ ਵਿੱਚ ਦੱਸੀ ਆ, ਦਿਖਾਈ ਆ, ਟ੍ਰੇਨਿੰਗ ਕਰਾਈ ਆ, ਉਹਨੇ ਆਪਦੀਆਂ ਅੱਖਾਂ ਮੂਹਰੇ ਮੈਨੂੰ ਦੇਖ ਕੇ ਜਦੋਂ ਮੈਂ ਉਹਨੂੰ ਮੂਹਰੇ ਦੇਖਿਆ, ਤਾਂ ਮੇਰਾ ਹੌਸਲਾ ਹੋਰ ਜ਼ਿਆਦਾ ਡਬਲ ਹੋ ਗਿਆ ਕਿ ਮੇਰਾ ਅੱਜ ਉਸਤਾਦ ਮੇਰੇ ਮੂਹਰੇ ਬੈਠਾ ਵਾ। ਅਤੇ ਪਰ ਬਾਬੀ ਦੀ ਕਿਰਪਾ ਦੇ ਨਾਲ, ਉਸਤਾਦ ਦਾ ਆਸ਼ੀਰਵਾਦ ਸੀ ਮੇਰੇ ਨਾਲ ਹਨਾ, ਕਿ ਉਹਨੇ ਮੈਨੂੰ ਮਿਹਨਤ ਕਰਾਈ ਆ। ਜਦੋਂ ਬੰਦਾ ਆਪਦੇ ਪਲੇਅਰ ਨੂੰ ਦੇਖਦਾ ਮੂਹਰੇ ਬੈਠੇ ਨੂੰ, ਕਿ ਪਲੇਅਰ ਨੂੰ ਵੀ ਹੌਸਲਾ ਮਿਲਦਾ, ਪਰ ਉਸ ਬੰਦੇ ਨੂੰ ਵੀ ਹੌਸਲਾ ਮਿਲਦਾ ਜਿਹਨੇ ਮਿਹਨਤ ਕਰਾਈ ਆ, ਜਿਹਨੇ ਆਪਣਾ ਟਾਈਮ ਕੱਢਿਆ, ਆਪਣਾ ਆਪਣੇ ਨਿਆਣੇ ਨੂੰ ਛੱਡ ਕੇ, ਫੈਮਲੀ ਨੂੰ ਛੱਡ ਕੇ, ਇੰਨਾ ਟਾਈਮ ਮੇਰੀ ਗੇਮ ਲਈ, ਮੇਰੀ ਟ੍ਰੇਨਿੰਗ ਲਈ ਇੰਨਾ ਟਾਈਮ ਕੱਢਿਆ ਹਨਾ। ਅਤੇ ਜਦੋਂ ਮੈਨੂੰ ਪੁੱਛਿਆ ਉਹਨਾਂ ਨੇ ਕਿ ਹਾਂ ਵੀ ਕਿਹਨੂੰ ਟ੍ਰੇਡਰ ਦੇ ਬਣਾਉਣਾ, ਮੈਂ ਕਿਹਾ ਮੇਰੇ ਉਸਤਾਦ ਨੇ ਬਹਿਣਾ, ਕਿਉਂਕਿ ਮੇਰੇ ਸ਼ਬਦ ਹੀ ਹੈ ਨਹੀਂ ਸੀ ਕੋਈ, ਕਦੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਕਬੱਡੀ ਦੇ ਵਿੱਚ ਆਹ ਚੀਜ਼ ਕਰੂੰਗਾ, ਮੈਂ ਵਰਲਡ ਕੱਪ ਖੇਡੂੰਗਾ। 2013 ਇੰਗਲੈਂਡ ਜਦੋਂ ਆਏ ਟ੍ਰੇਨਿੰਗ ਕਰਨੀ, ਉਸਤਾਦ ਯਾਰ ਵਰਲਡ ਕੱਪ 'ਚ ਕਿੱਦਾਂ ਜਾਵਾਂਗੇ ਆਪਾਂ ਯਾਰ, ਉੱਥੇ ਏਡੇ ਤਗੜੇ ਤਗੜੇ ਪਲੇਅਰ, ਕੋਈ ਨਾ ਕਹਿੰਦਾ ਜੇ ਉੱਥੇ ਜਾਂਦੇ ਤੈਨੂੰ ਕੀ ਗੱਲ ਆ, ਟ੍ਰੇਨਿੰਗ ਕਰਾਉਣੀ ਸਵੇਰ ਦਾ ਟਾਈਮ, ਕੋਟਲੇ ਸੂਰਜਮਾਲਾ ਸਾਡੇ ਪਿੰਡਾਂ ਦੇ ਕੋਲ ਆ, ਅਤੇ ਅਸੀਂ ਸਾਡਾ ਰੈਗੂਲਰ ਰੂਟੀਨ ਹੋਣੀ, ਅਸੀਂ ਉੱਥੇ ਜਾ ਕੇ ਟ੍ਰੇਨਿੰਗ ਕਰਨੀ, ਗੱਲਾਂ ਗੱਲਾਂ ਬਸ 2-3 ਦਿਨ ਆਪਣੇ ਟਰੈਲਾਂ ਦੇ ਵੈਸੇ ਉਹਨਾਂ ਨੇ ਗੱਲਬਾਤ ਦੱਸਦੇ, ਟਰੈਲ ਦਿੱਤੇ ਅਤੇ ਟਰੈਲਾਂ 'ਚੋਂ ਪਾਸ ਹੋਏ, ਟੀਮ ਸਿਲੈਕਸ਼ਨ ਹੋ ਗਈ ਹਨਾ। ਅਤੇ ਪਰ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲੀ ਗਏ ਕਿ ਮੇਰੀ ਕੋਈ ਕਦਰ ਕਰਨ ਵਾਲਾ, ਕੋਈ ਕਿ ਮੈਨੂੰ ਰਿਸਪੈਕਟ ਦੇਣ ਵਾਲਾ ਕੋਈ ਬੰਦਾ ਮੈਨੂੰ, ਪਰ ਉਹਨਾਂ ਨੇ ਪਲੇਅਰ ਬਹੁਤ ਤਗੜੇ ਕੀਤੇ ਹਨਾ, ਇਹ ਨਹੀਂ ਹੈਗਾ ਕਿ, ਪਰ ਉਹਨਾਂ ਨੇ ਮਨ ਦੇ ਵਿੱਚ ਕਦੇ ਇਹ ਝੀਣੀ ਰੱਖੀ ਜੇ ਪਲੇਅਰਾਂ ਨੂੰ ਛੱਡ ਵੀ ਗਿਆ, ਕਦੇ ਉਹਨਾਂ ਨੇ ਹੱਕ ਵੀ ਨਹੀਂ ਜਿਤਾਇਆ ਕਿ ਜਾ ਵੀ ਭਾਈ ਤੂੰ ਜਾਣਾ, ਤੇਰੀ ਮਰਜ਼ੀ ਹਨਾ। ਪਰ ਜਦੋਂ ਕੋਈ ਕੋਚ, ਕੋਈ ਉਸਤਾਦ, ਕੋਈ ਪਲੇਅਰ ਨੂੰ ਤਿਆਰ ਕਰਦਾ ਹਨਾ, ਤਾਂ ਉਹਦੀ ਬਹੁਤ ਵੱਡੀ ਦੇਣ ਹੁੰਦੀ ਹੈ। ਚਲੋ ਪਲੇਅਰ ਨਹੀਂ ਸੋਚਦੇ ਕਿ ਹਾਂ ਵੀ ਕਿ ਮੈਂ ਅੱਜ ਤਕੜਾ ਹੋ ਗਿਆ ਵਾਂ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਹਨਾ, ਪਰ ਸਾਨੂੰ ਉਸਤਾਦ ਦੀ ਹਮੇਸ਼ਾ ਲੋੜ ਸੀ, ਉਹਦੀ ਰਹਿਣੀ ਆ ਹਨਾ। ਚਲੋ ਸਾਡੇ ਵਿੱਚ ਹੈ ਨਹੀਂ, ਉਹਦੀਆਂ ਗੱਲਾਂ, ਉਹਦੀਆਂ ਯਾਦਾਂ ਸਾਡੇ ਨਾਲ ਜੁੜੀਆਂ। ਪਰ ਮੈਂ ਪਲੇਅਰਾਂ ਮੋਰੇ ਵੀ ਇਹ ਰਿਕੁਐਸਟ ਕਰਦਾ ਕਿ ਉਸਤਾਦ ਚੰਗਾ, ਕੋਚ ਮਾੜਾ, ਪਰ ਕੋਈ ਵੀ ਬੰਦਾ ਜੇ ਆਪਣਾ ਟਾਈਮ ਕੱਢ ਕੇ ਤੁਹਾਨੂੰ ਤਿਆਰ ਕਰਦਾ, ਤੁਹਾਨੂੰ ਤਕੜਾ ਕਰਦਾ ਹਨਾ, ਕਦੇ ਵੀ ਸਾਥ ਨਹੀਂ ਛੱਡਣਾ ਚਾਹੀਦਾ ਬੰਦਾ, ਇਹ ਨਹੀਂ ਚੰਗਾ ਮਾੜਾ ਟਾਈਮ ਚੱਲਦਾ ਰਹਿੰਦਾ, ਪਰ ਹਰ ਇੱਕ ਨਾਲ ਖੜੋ। ਬਾ ਇੱਦਾਂ ਦੀਆਂ ਬਹੁਤ ਜ਼ਿਆਦੀਆਂ ਬਰੀਕੀਆਂ ਸੀ ਉਹਨਾਂ ਦੀਆਂ, ਅਤੇ ਮੈਂ ਨਾਲ ਰਿਹਾ ਉਹਨਾਂ ਦੇ ਹਰ ਟਾਈਮ, ਗੱਲਾਂ ਬਾਤਾਂ ਕਰਨੀਆਂ, ਕਿ ਪਰ ਇੱਦਾਂ ਦਿਮਾਗ ਦੇ ਵਿੱਚ ਕਦੇ ਇੱਦਾਂ ਨਹੀਂ ਹੁੰਦਾ ਕਿ ਮਾੜੀ ਚੀਜ਼ ਸੋਚਣੀ ਆ, ਅਤੇ ਹਮੇਸ਼ਾ ਮਿਹਨਤ ਬਾਰੇ, ਕਬੱਡੀ ਬਾਰੇ। ਜੇ ਮੈਂ ਗਰਾਊਂਡ ਦੇ ਵਿੱਚ ਵੀ ਹੋਣਾ, ਉਹਨਾਂ ਨੇ ਪਹਿਲਾਂ ਜਜਮੈਂਟ ਕਰਨੀ, ਦੁੱਲਿਆ ਉਹ ਪਲੇਅਰ, ਉਹ ਦਾ ਮਾਰਦਾ, ਉਹ ਪਲੇਅਰ, ਕਿ ਮੈਨੂੰ ਆਉਣ ਟਾਈਮ ਤੋਂ ਪਹਿਲਾਂ ਮੈਨੂੰ ਪਤਾ ਲੱਗ ਜਾਂਦਾ ਉਹ ਬੰਦੇ ਨੇ ਦਾ, ਕਿਉਂਕਿ ਉਹਨਾਂ ਨੇ ਸਮਝਾਉਣਾ ਹੀ ਇਸ ਤਰ੍ਹਾਂ, ਕਿ ਮੈਨੂੰ ਸਮਝ ਲੱਗ ਜਾਂਦੀ ਸੀ ਹਨਾ। ਅਤੇ ਇੱਕ ਚੀਜ਼ ਹੋਰ, ਉਹਨਾਂ ਨੇ ਕੁਛ ਹੋਰ ਖਿਡਾਰੀਆਂ ਨੂੰ ਵੀ ਜਿਹੜੀ ਟ੍ਰੇਨਿੰਗ ਦਿੱਤੀ ਹੈ ਤੁਹਾਡੇ ਤੋਂ ਇਲਾਵਾ, ਜਾਂ ਮਤਲਬ ਸਿਰਫ ਤੁਹਾਡੇ 'ਤੇ ਉਹ ਮਤਲਬ ਧਿਆਨ ਦਿੰਦੇ ਸੀਗੇ ਇਸ ਚੀਜ਼ ਨੂੰ? ਨਹੀਂ ਭਾਜੀ, ਮੇਰੇ ਤੋਂ ਪਹਿਲਾਂ 2010 ਤੋਂ ਪਹਿਲਾਂ ਜਦੋਂ ਮੈਨੂੰ ਨਹੀਂ ਮਿਲੇ, ਪਹਿਲਾਂ ਆਪਣੇ ਬੁੱਗਾ ਮੱਲੀ ਵਾਲਾ ਹੋ ਗਿਆ, ਜਹਾਦਾ ਸੌਰਖਪੁਰੀ ਆ, ਬਾਨਾ ਧਾਲੀ ਵਾਲਾ, ਬੇਟ ਵਾਲਾ, ਹੋਰ ਵੀ, ਚਲੋ ਮੈਨੂੰ ਪਲੇਅਰਾਂ ਦੇ ਨਾਂ ਤਾਂ ਨਹੀਂ ਪਤਾ, ਆਪਣੇ ਗੋਲੀ ਅਗਲਪੁਰੀਆ ਹੋ ਗਿਆ ਉਸਤਾਦ ਹਨਾ, ਅਤੇ ਹੋਰ ਵੀ ਅਮਨਾ ਟੰਡੋ ਵਾਲੀ ਆ, ਟਕਲਾ ਟੰਡੋ ਵਾਲੀ ਆ, ਹੋਰ ਵੀ ਕਈ ਪਲੇਅਰ ਹੋਣੇ ਹੈਗੇ ਆਪਣੇ, ਬੀਜਾ ਕੜਿਆਣੇ ਵਾਲਾ ਮੁੰਡਾ ਹਨਾ, ਆਪਣੇ ਗੋਬਿੰਦਪੁਰ ਦੇ ਵਿੱਚ ਇੱਥੇ ਕੈਂਪ ਲਾਉਂਦਾ ਹੁੰਦਾ ਜੀ ਭਾਜੀ, ਉੱਥੋਂ ਉਹਨਾਂ ਨੇ ਬਾਈਕ ਚਲਾ ਕੇ ਆਉਣਾ ਪਿੰਡੋ, ਅਤੇ ਇੱਥੇ ਸਵੇਰ ਨੂੰ ਟ੍ਰੇਨਿੰਗ, ਮੋਰਨਿੰਗ ਅਰਲੀ ਕਰਾਉਣੀ, ਕਾਫ਼ੀ ਕਿ ਜੇ ਗੱਲ ਕਰੀਏ ਕੋਈ ਗਿਣਤੀ ਨਹੀਂ ਹੋਣੀ ਹਨਾ, ਪਰ ਫਿਰ ਵੀ ਉਹਨਾਂ ਨੇ ਬਹੁਤ ਪਲੇਅਰਾਂ ਨੂੰ ਹਿੰਮਤ ਦਿੱਤੀ, ਟ੍ਰੇਨਿੰਗ ਕਰਾਈ ਉਹਨਾਂ ਨੇ, ਆਪਣੇ ਬੱਚਿਆਂ ਨੂੰ ਛੱਡ, ਕਿਹੜਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਣੇ ਨਿਆਣੇ ਨੂੰ ਛੱਡ ਕੇ ਕਿਸੇ ਹੋਰ ਪਲੇਅਰ ਨੂੰ ਜਾ ਕੇ ਸਵੇਰ ਨੂੰ ਟ੍ਰੇਨਿੰਗ ਕਰਾਉਂਦਾ ਹਨਾ। ਮੈਂ ਤਾਂ ਕੋਈ ਕੋਈ ਦੁਨੀਆ 'ਤੇ
एक चीज होर गल करनी चाहूंगा जो काफी वैसे उन्होंने समा हो गया उस गल तो सट लगी काफी ज्यादा उदो कोच साहब का कोई योगदान इस चीज के रहा कि तुसी क्योंकि इस सट काफी वड्डी सी तो उभर के आना भी काफी मुश्किल सी उदो भी उन्होंने कोई मतलब हैल्प की थी थोड़ी इस चीज च भाजी उन्होंने हमेशा ही हैल्प रही है अपने हमेशा उन्होंने हाथ रहा उदो भी मैं इदा सी कि मेरे सट लग गई मैनू प्लेयर ने पूछया नहीं है ना पर जे उस्ताद मेरा ना आता शायद मैं अच्छ कबड्डी च ना आता मैं उस साल ही कबड्डी छड़ देनी पर कि मेरे उस्ताद ने उस बंदे ने मैनू कि उस चीज़ के काबिल बनाया नहीं बई कि मेहनत तो वड्डी कोई चीज़ नहीं कि जे तू अपनी मेहनत सच्चे दिलों मेहनत करदा तो उस तो कोई वड्डी चीज़ है नहीं गी उत्थे मैं रहा मैनू रखिया जो मेरे सट लग गई घर 2 महीने अपसैट हो गया यार प्लेयर ने मैनू पूछया नहीं ये कि असूल है दुनिया का जो बंदा तकड़ा वा उदो सारे तेरे नाल है जो माड़ा उदो तो अपना ही कोई कोई खड़ता है ना पर उस्ताद ने इन्ना ज़्यादा फिर हौसला दिता कि मैं 2-3 महीने मैं उस्ताद के कोल रहा मैं उस्ताद मैं इत्थे रहना कि मैं मेरे को कोई साथ है नहीं गा तुसीं मैनू मैं 2 महीने रैसट की 2 महीने मैं उस्ताद को रहा वा तो 2014 मेरे सट लगी है 15 च फिर दोबारा मैं कैनेडा सीजन खेड लिया उस्ताद की बदौलत कि जो मेरे नाल हुंदा मैं प्रिपेयर नहीं होना उस चीज़ लिए है ना उन्होंने मैनू प्रिपेयर किया ट्रेनिंग करवाई हौली हौली रूटीन बाय रूटीन है ना तो पर कदे उन्होंने लग के नहीं लगता कि बंदा हौसला छड़ जूगा कि बंदा यार नहीं यार जे मेरे सट लग गई मैं तकड़ा नहीं गया मेरी बॉडी नहीं लैंग्वेज नहीं तकड़ी हैगी है ना उन्होंने गल्लां ही इन्नियां हौसले वाली हुंदियां कि बंदे मन के इदा की चीज़ पैदा होंगी कि हाँ भी यार के वाकई उस चीज़ के कुछ हैगा है ना कि अच्छा अच्छा दुल्ली कोच साहब का जिहड़ा जिहड़े फाइनैंशियली हालत मैं गल करा जां परिवार दे विच कौन कौन ने जां उन्हां दे परिवार दे हालात किस तरह दे ने इस चीज़ बारे थोड़ा जिहा परिवार दे विच उस्ताद जी दी अपने वाइफ है जी हाँ जी ते छोटियां 2 बच्चियां जी एक लड़का जी हाँ जी उहदा हालात जिहड़े ने परिवार दे ओह किस तरह दे ने हालात भाजी कबड्डी दे उन्हां दा सारा घर चलदा सी जो भी जे मैनू उन्हां ने ट्रेनिंग कराई आ जे मैं मेरे लिए इन्ना टाइम कढ़णा कि जे मैं कुछ कर ली मैनू मेहनत करवानी कि मैं जे 2-4 हज़ार रुपया लैके जाऊँगा वो चल 4 पैसे मैनू भी मिलने है ना कि जे मैं इनू मेहनत कराऊँगा जे वधूगा तो मेरे घर की रोटी भी चलूगी है ना तो पर घर के हालात उन्होंने कबड्डी के उन्होंने जो कुछ भी है जे मेरे नाल आना उन्होंने जे मैच पर जाना प्लेयर ना खेडना कि कबड्डी के उन्होंने सारा कुछ के हर एक चीज़ उन्होंने कबड्डी के उपर ही टिकी हुई सी घर बार उन्होंने न्याणे उन्होंने बच्चे कि उन्होंने बहुत माड़े टाइम देखे उन्होंने है ना पर वह बाहर तो नहीं जा सके पर उन्होंने अपनी उस चीज़ को कायम रखा है ना कि जे बंदा कहिंदा गरीबी दे विच मैं कुछ कर नहीं सकता पर वह बाहर नहीं गया फॉर कंट्री खेडन पर उन्होंने ट्रेनिंग करनी मुंडिया ने पैंट आना है ना कि इस चीज़ उन्होंने पहला रखी कि जे मैं गरीब हाँ घरों ये नहीं मतलब है कि जा मैं किसी प्लेयर को तगड़ा नहीं कर सकता जा मैं है ना तो पर उन्हें कदे हिम्मत नहीं हारी जिंदगी दे विच कदे भी मैं ये नहीं देखा जो गरीबी भी सी उन्होंने कदे परवाह नहीं की कि चल कोई ना मेरे प्लेयर ना कुछ हो मैं भावें 200 रुपया लै जावा घर है ना कि मारा मेरे प्लेयर खुशी खुशी घर जाए वधिया सही सलामत रहन उन्हां दी यही गलबात होनी भाजी दिले हुण आने वाली कबड्डी दे विच कोच साहब नूं फिर जिहड़ा अपनी गेम दे जरिए जिहड़ा हैगा उह श्रद्धांजलि दे रूप च मैनूं लगदा इह कोशिश तुहाडे वल्लों माननी चाहीदी है कोशिश करोगे इस चीज़ नूं कि उहनां नूं उहनां दीआं दित्तीआं होईआं सिक्ख्यावां जां उहनां ने जो तुहानूं ट्रेनिंग दित्ती है उहनूं कबड्डी दे विच दिखाउंदे रहो तुसीं और इस चीज़ दा मैनूं मैं चाहूँगा कि इस चीज़ दे नाल टुट्टण दी थां ते अग्गे वधन उहनां दे उह तां इही चाहुंदे सी कि तुसीं अग्गे वधो तुहानूं अग्गे वधना चाहीदा इस चीज़ नाल सहमत हाँ जी भाजी मैं इस चीज़ ना सहमत हाँ क्योंकि अगे भी उन्होंने मैं सहमत रहा गलों चलो अज साढ़े बच्चे है नहीं गए है ना तो पर मैं हमेशा इदा ही लगता कोई मेरे नाल है जो मैं खेडता वा उ गलां बातें मेरे सामने आदियाँ मेरे नाल है मैं दसना उन्होंने हाँ भी कि जो मैं जफ्फा भी ला लेना पर उस चीज़ में मैं हमेशा पहली गल तो मैं रखूँगा कि मैं जिंदगी का मेरा असूल ही बन गया कि मैं कि उन्होंने हमेशा मैं अपने नाल गल दे नाल अपने दिल दे नाल ला के रखूँगा जो भी उस चीज़ ना मैं हौसला मिलना उस चीज़ ना मैं प्रैक्टिस करनी है जो उन्होंने गल्लां होंदियां सी जो उन्होंने दसना मैनू जो उन्होंने रूटीन सी जो मेरे नाल विचरना उन्होंने मेरिया है ना कि जिन्ना मैं उन्होंने करीबी सी होर कोई प्लेयर तो है नहीं चलो प्लेयर उन्होंने बथेरे तगड़े किए हैं क्योंकि उन्होंने जिंदगी जो अपनी जिंदगी जो मैं 10 साल दिते है ना तो मेरी बहुत वड्डी गल है ना कि मेरी लाइफ के बच्चे कोई के कि फ्रिश्ता ही ला लो कि जो मेरे लिए फ्रिश्ता ही अपनी कि जो उन्होंने टैक्नीक सी मैनू दसना है ना मैं इन्ने योगा का हैगा कितने से कि मैं कोई टच मार ला कोई स्टाल कर ला बस उन्होंने देन ही आ जो कुछ भी है कबड्डी उन्होंने मैं अपने दिल के नाल हमेशा ला के मैं कबड्डी खेडनी उन्होंने नाल उन्होंने नाँ लैके हमेशा उन्होंने अपने नाल हाँ जी
ਦੁੱਲੇ ਸਾਹਿਬ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਦੁੱਲੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਕੋਚ ਪੰਮਾ ਗਾਂਧਰਾ ਜੀ ਦੇ ਬਾਰੇ 'ਚ, ਉਹ ਕਬੱਡੀ ਦੇ ਕੋਚ ਜਿਨ੍ਹਾਂ ਨੇ ਦੁੱਲੇ ਨੂੰ ਕਬੱਡੀ ਦੀਆਂ ਬਰੀਕੀਆਂ ਸਿਖਾਈਆਂ, ਦੁੱਲੇ ਨੂੰ ਹੁਣ ਅੱਗੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ, ਕਿਹੋ ਜਿਹੀ ਕਬੱਡੀ ਖੇਡਣੀ ਚਾਹੀਦੀ ਹੈ, ਦੱਸਣ ਦੇ ਲਈ ਗੁਰੂ ਤਾਂ ਨਹੀਂ ਹੈ ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਅਜੇ ਵੀ ਉਹ ਆਪਣੇ ਨਾਲ ਮੰਨਦਾ। ਤੁਸੀਂ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਦੇ ਖਿਡਾਰੀ ਜਿਹੜੇ ਜਦੋਂ ਕੋਚ ਉਹਨਾਂ ਨਾਲ ਟੁੱਟ ਜਾਂਦੇ ਨੇ, ਕੀ ਉਹਨਾਂ ਨੂੰ ਕਬੱਡੀ ਤੋਂ ਪਿੱਛੇ ਹਟ ਜਾਣਾ ਚਾਹੀਦਾ ਜਾਂ ਹੋਰ ਵਧੀਆ ਕਰਕੇ ਦਿਖਾਉਣਾ ਚਾਹੀਦਾ? ਤੁਹਾਨੂੰ ਰਿਕੁਐਸਟ ਕਰਾਂਗੇ ਕਿ ਦੁੱਲੇ ਦੇ ਲਈ ਤੁਹਾਡੇ ਲਈ ਜੋ ਵੀ ਕਮੈਂਟ ਨੇ ਉੱਥੇ ਕਮੈਂਟ ਬਾਕਸ ਜ਼ਰੂਰ ਲਿਖਿਓ ਔਰ ਦੁੱਲੇ ਨੂੰ ਵੀ ਇਸ ਚੀਜ਼ ਦੇ ਲਈ ਹੌਸਲਾ ਦੇਣ ਦੀ ਕੋਸ਼ਿਸ਼ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।